ਮੈਂ ਨੀਂਦ ਵਿੱਚ ਨਹੀਂ ਸੀ, ਗੁਜ਼ਰੇ ਪਲ ਨਾਲ ਖੜੀ ਸੀ। ਦਿਲ ਵੀ ਸੀ ਧੜਕਦਾ, ਜਾਣੇ ਕਿਸ ਚਾਹ ਦੀ ਕਮੀ ਸੀ। ਵਗਦੇ ਹੰਝੂਆਂ ਨੇ ਸਭ ਕੁਝ ਕਹਿ ਦਿੱਤਾ, ਜਿਸ ਜਾਨ ਦਾ ਵਰਦਾਨ ਦਿੱਤਾ ਉਹ ਮਾਂ ਹੀ ਅੱਜ ਕੋਲ ਨਹੀਂ ਹੈ ਮੇਰੇ। ਇਸ ਵਗਦੇ ਅੰਮ੍ਰਿਤ ਨੂੰ ਮੈਂ ਆਪਣਾ ਆਖਾਂ ਜਾਂ ਮਿੱਲੀ ਹਵਾ ਨੂੰ ਮੈਂ ਰੋਜ਼ ਪੂਜਾਂ। ਇਹ ਸਾਰੀ ਹਰਿਆਲੀ ਵੀ ਹੈ ਆਪਣੀ ਮਾਂ ਵਰਗਾ, ਦਿਲ ਹੀ ਬਸ ਨਹੀਂ ਹੈ। ਨਾ ਮੁੱਲ ਲਿੱਤਾ, ਨਾ ਕੋਈ ਸਵਾਲ ਕੀਤਾ, ਇੱਕ ਉਮੀਦ ਦੇ ਸਹਾਰੇ ਇਹ ਜਨਮ ਦਿੱਤਾ। ਜੇ ਭੁੱਲ ਜਾਵਾਂ ਤਾਂ ਪਾਪ ਕਮਾਵਾਂ, ਕਰਾਂ ਸਤਿਕਾਰ ਇਸ ਵਗਦੀ ਮਮਤਾ ਦਾ। ਨਾ ਵੇਖਿਆ ਕਿਸੇ ਜਵਾਬ ਵੱਲ, ਨਾ ਇੰਤਜ਼ਾਰ ਇੱਕ ਹੋਰ ਸਵੇਰ ਦਾ। ਕੀ ਫਰਕ ਪਵੇਗਾ ਇਸ ਦਰਿਆ ਨੂੰ ਜੇ ਮਿਲਾ ਦਵਾਂ ਥੋੜ੍ਹੇ ਹੰਝੂ ਆਪਣੇ। ਹੀਰੇ ਮੋਤੀ ਚੁੱਪ ਹੋ ਗਏ, ਸੋਨੇ ਨੇ ਵੀ ਕੁਛ ਨਾ ਆਖਿਆ। ਦੌਲਤ ਵੀ ਸੋਚਣ ਲੱਗ ਪਈ, ਇਹ ਸਤਿੰਦਰ ਮਾਂ ਦੇ ਦਰਿਆ ਦੇ ਲਈ ਅੱਗੇ ਸਮੁੰਦਰ ਦੀ ਗਹਿਰਾਈ ਕੁਛ ਵੀ ਨਹੀਂ, ਸਮੁੰਦਰ ਦੀ ਗਹਿਰਾਈ ਕੁਛ ਵੀ ਨਹੀਂ। ਅਨਮੋਲ ਵਿਰਸਾ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਦਾਬਰਸ। ਪਿਆਰੇ ਦਰਸ਼ਕੋ, ਤੁਹਾਨੂੰ ਸਾਰਿਆਂ ਨੂੰ ਅੱਜ ਦੇ ਅਨਮੋਲ ਵਿਰਸੇ ਦੀ ਇਸ ਵਿਸ਼ੇਸ਼ ਘੜੀ ਦੇ ਵਿੱਚ ਮੈਂ ਜੀ ਆਇਆਂ ਨੂੰ ਖੁਸ਼ਾਮਦੀਦ ਅਤੇ ਸਵਾਗਤਮ ਕਹਿੰਦੀ ਹਾਂ। ਦਰਸ਼ਕੋ, ਅੱਜ ਅਸੀਂ ਉਸ ਮਹਾਨਤਾ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਦਾ ਦੁਨੀਆ ਦੇ ਵਿੱਚ ਦੂਸਰਾ ਕੋਈ ਮੇਲ ਨਹੀਂ ਹੈ। ਇਹ ਕੀ ਗਲਤ ਹੋਵੇਗਾ ਜੇ ਅਸੀਂ ਅਨਮੋਲ ਵਿਰਸੇ ਵਿੱਚ ਨਾ ਤਾਂ ਕਿਸੇ ਅਨਮੋਲ ਤੋਹਫ਼ੇ ਬਾਰੇ ਗੱਲ ਕਰੀਏ, ਨਾ ਹੀ ਵਿਰਸੇ ਬਾਰੇ ਕੋਈ ਚਰਚਾ ਕਰੀਏ। ਦਰਸ਼ਕੋ, ਹੁਣ ਤੱਕ ਅਸੀਂ ਅਨਮੋਲ ਵਿਰਸੇ ਵਿੱਚ ਵਿਰਸੇ ਦੇ ਰਤਨਾਂ ਦੀ ਗੱਲ ਕਰਦੇ ਆਏ ਹਾਂ, ਗੱਲ ਕੀਮਤੀ ਬੇਸ਼ਕੀਮਤੀ ਬਹੁਮੁੱਲੇ ਰਤਨਾਂ ਦੀ। ਲੇਕਿਨ ਅੱਜ ਅਸੀਂ ਜਿਸ ਰਤਨ ਦੀ ਗੱਲ ਕਰਨ ਜਾ ਰਹੇ ਹਾਂ ਉਸਦੀ ਕੀਮਤ ਆਕਣ ਲਈ ਮੇਰੇ ਕੋਲ ਸ਼ਬਦਾਂ ਦੀ ਘਾਟ ਮਹਿਸੂਸ ਹੋ ਰਹੀ ਹੈ, ਜਾਂ ਇਹ ਵੀ ਕਿਹਾ ਜਾਵੇ ਕਿ ਦੁਨੀਆ ਦੇ ਕਿਸੇ ਵੀ ਸ਼ਬਦ ਕੋਸ਼ ਦੇ ਵਿੱਚ ਕੋਈ ਹੋਰ ਅੱਖਰ ਹੈ ਹੀ ਨਹੀਂ ਜੋ ਇਸ ਮਮਤਾ ਦੇ ਅੱਗੇ ਸਰ ਚੁੱਕ ਕੇ ਖੜਾ ਹੋ ਸਕੇ। ਦਰਸ਼ਕੋ, ਮਦਰਸ ਡੇ ਦੇ ਇਸ ਮੌਕੇ 'ਤੇ ਅੱਜ ਅਸੀਂ ਮਾਂ ਦੀ ਉਦਾਰਤਾ ਦੇ ਨਾਲ ਸੱਜਿਆ ਕੁਝ ਸਮਾਂ ਤੁਹਾਡੇ ਨਾਲ ਬਿਤਾਉਣ ਆਏ ਹਾਂ। ਮਾਂ, ਵੈਸੇ ਤਾਂ ਇੱਕ, ਬਸ ਇੱਕ ਦਿਨ ਬਹੁਤ ਛੋਟਾ ਹੋਵੇਗਾ ਮਾਂ ਦੀਆਂ ਖੂਬੀਆਂ ਨੂੰ ਬਿਆਨ ਕਰਨ ਲਈ। ਹਰ ਵਕਤ, ਹਰ ਦਿਨ ਜਾਂ ਫਿਰ ਹਰ ਸਾਹ ਵੀ ਘੱਟ ਹੈ। ਕੀ ਇਸ ਸੂਰਜ ਦੀ ਰੋਸ਼ਨੀ ਦਾ ਕੋਈ ਮੇਲ ਹੈ? ਕੀ ਪਾਣੀ ਦੀ ਮਹੱਤਤਾ ਬਾਰੇ ਕੋਈ ਪ੍ਰਸ਼ਨ ਚਿੰਨ੍ਹ ਹੈ? ਕੀ ਹਵਾ ਦੀ ਕੀਮਤ ਆਕਣ ਦਾ ਕੋਈ ਫਾਇਦਾ ਹੈ? ਦਰਅਸਲ ਇਹ ਸੋਚਣਾ ਹੀ ਬੇਕਾਰ ਹੈ। ਅੱਜ ਅਸੀਂ ਅਨਮੋਲ ਤੋਂ ਵੀ ਕਿਤੇ ਬੜੀ ਅੱਗੇ ਅਤੇ ਸਾਨੂੰ ਵਿਰਸੇ ਤੋਂ ਵੀ ਬੜੀ ਪਹਿਲਾਂ ਮਿਲੇ ਉਸ ਸ੍ਰੇਸ਼ਟ ਅੰਮ੍ਰਿਤ ਦੇ ਸਮੁੰਦਰ ਦੀ ਗੱਲ ਕਰਨ ਜਾ ਰਹੇ ਹਾਂ ਜੋ ਸਾਨੂੰ ਪ੍ਰਾਪਤ ਦੁਨੀਆ ਦੇ ਹਰ ਤੋਹਫ਼ੇ ਵਿੱਚੋਂ ਸਭ ਤੋਂ ਪਹਿਲਾਂ ਆਉਂਦਾ ਹੈ। ਦਰਸ਼ਕੋ, ਇਹੋ ਜਿਹਾ ਕੋਈ ਰਤਨ ਤੁਸੀਂ ਵੇਖਿਆ ਹੈ ਜਿਸ ਦੇ ਵਿੱਚ ਦਿਲ ਧੜਕਦਾ ਹੋਵੇ? ਵੇਖਿਆ ਤਾਂ ਸਭ ਨੇ ਹੈ, ਕਦੇ ਤੁਸੀਂ ਅਹਿਸਾਸ ਕੀਤਾ ਹੈ? ਸਾਡੇ ਹਰੇਕ 'ਤੇ ਬਹੁਤ ਹੀ ਕੋਲ ਹੁੰਦਾ ਹੈ ਇਹ ਰਤਨ। ਹਾਂ ਦਰਸ਼ਕੋ, ਮਾਂ ਤੋਂ ਵੱਡਾ ਅਹਿਮ ਇਸ ਦੁਨੀਆ ਦੇ ਵਿੱਚ ਹੋਰ ਕੌਣ ਹੋ ਸਕਦਾ ਹੈ? ਮਾਂ ਇਹ ਦੁਨੀਆ ਦਾ ਰਚਿਆ ਸਭ ਤੋਂ ਛੋਟਾ ਸ਼ਬਦ ਹੈ ਜਿਸ ਵਰਗਾ ਸਾਰੇ ਬ੍ਰਹਿਮੰਡ ਦੇ ਵਿੱਚ ਦੂਸਰਾ ਕੋਈ ਨਹੀਂ ਹੈ। ਮਾਂ ਸਿਰਫ਼ ਇੱਕ ਅੱਖਰ ਦੇ ਨਾਲ ਸੱਜੇ ਇਸ ਸ਼ਬਦ ਦੀ ਮਹਾਨਤਾ ਸ੍ਰਿਸ਼ਟੀ ਦੇ ਵਿੱਚ ਵਸੇ ਸਾਰੇ ਅੱਖਰਾਂ ਦੇ ਵਜ਼ਨ ਤੋਂ ਕਿਤੇ ਜ਼ਿਆਦਾ ਹੈ। ਅਨਮੋਲ ਆਂਦਾ ਮਤਲਬ ਹੈ ਜਿਸ ਦਾ ਕੋਈ ਮੁੱਲ ਹੋ ਹੀ ਨਹੀਂ ਸਕਦਾ। ਮੋਲ ਮਤਲਬ ਮੁੱਲ। ਕੋਈ ਸ਼ਬਦ ਨਹੀਂ ਹੈ ਮੇਰੇ ਕੋਲ ਜੋ ਮਾਂ ਦੀ ਮਹਾਨਤਾ ਦੇ ਤਰਾਜੂ ਦੇ ਦੂਸਰੇ ਪੱਲੇ 'ਤੇ ਬਰਾਬਰੀ ਲਈ ਰੱਖਿਆ ਜਾ ਸਕੇ। ਰੱਬ ਨੂੰ ਮੰਨਣਾ ਨਾ ਮੰਨਣਾ ਭਾਵੇਂ ਕਿਸੇ ਦੀ ਇੱਛਾ ਹੋ ਸਕਦੀ ਹੈ, ਲੇਕਿਨ ਮਾਂ ਨੂੰ ਮੰਨਣ ਲਈ ਕੋਈ ਮਰਜ਼ੀ ਜਾਂ ਸੋਚਣ ਵਾਲੀ ਗੱਲ ਹੈ ਹੀ ਨਹੀਂ।
ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ। ਮਾਂ ਦੀ ਪਵਿੱਤਰ ਗੋਦ, ਕੀ ਇਹ ਨਹੀਂ ਲੱਗਦਾ ਕਿ ਇਹ ਸਾਨੂੰ ਗੋਡ ਜਾਂ ਰੱਬ ਦੀ ਯਾਦ ਦਿਲਾਉਂਦੀ ਹੈ? ਉਸ ਗੋਦ ਦੇ ਵਿੱਚ ਖੇਡਿਆ ਨਾਜੁਕ ਬੱਚਾ ਵੱਡਾ ਹੋ ਜਦ ਮਾਂ ਦਾ ਦਿਲ ਦੁਖਾਉਣ ਵਾਲੇ ਪਾਪ ਕਰ ਦਿੰਦਾ ਹੈ ਤਾਂ ਮਾਂ ਹੀ ਨਹੀਂ ਰੱਬ ਵੀ ਅੱਖਾਂ ਫਾੜ ਵੇਖਦਾ ਹੈ, ਇਹ ਮੈਂ ਕਿਸ ਨੂੰ ਪੈਦਾ ਕਰ ਦਿੱਤਾ ਹੈ। ਮਾਂ ਜਿਹੜੀ ਆਪਣੇ ਬੱਚੇ ਨੂੰ ਗੋਦ ਵਿੱਚ ਬਿਠਾ ਕੇ ਆਉਣ ਵਾਲੇ ਸਮੇਂ ਦੇ ਸੁਪਨੇ ਬੁਣਦੀ ਖੁਸ਼ ਹੁੰਦੀ ਰਹਿੰਦੀ ਹੈ, ਉਸਦੀਆਂ ਅੱਖਾਂ ਵੀ ਸੁਪਨਿਆਂ ਦਾ ਮਹਿਲ ਬੜਾ ਉੱਚਾ ਖੜਾ ਹੋ ਜਾਂਦਾ ਹੈ, ਜਾਂ ਫਿਰ ਟੁੱਟ ਕੇ ਹੰਝੂਆਂ ਦੇ ਸਮੁੰਦਰ ਵਿੱਚ ਤੜਪ ਤੜਪ ਕੇ ਜੀਣ ਲਈ ਮਜਬੂਰ ਕਰ ਦਿੰਦਾ ਹੈ। ਰੱਬ ਚਾਹੇ ਸਜ਼ਾ ਦੇਵੇ ਜਾਂ ਨਾ ਦੇਵੇ, ਪਰ ਮਾਂ ਤਾਂ ਉਹ ਪ੍ਰਾਣੀ ਹੈ ਜਿਸ ਦਾ ਦਿਲ ਆਪਣੇ ਬੱਚੇ ਦੀਆਂ ਇੰਨੀਆਂ ਤਸਵੀਰਾਂ ਨਾਲ ਭਰਿਆ ਹੁੰਦਾ ਹੈ, ਜਿਸ ਵਿੱਚ ਬਦਵਾ ਨਾਂ ਦਾ ਤਾਂ ਕੋਈ ਰੰਗ ਹੁੰਦਾ ਹੀ ਨਹੀਂ। ਮਾਂ ਦੀ ਗੋਦ ਦੇ ਵਿੱਚ ਅਸੀਂ ਬਹੁਤ ਵੱਡਾ ਸਮਾਂ ਬਿਤਾਉਂਦੇ ਹਾਂ। ਕੁਝ ਇੱਕ ਭੈੜਾ ਵਕਤ ਉਹ ਵੀ ਆਉਂਦਾ ਹੈ ਜਦ ਮਾਂ ਦਾ ਸਾਥ ਇੱਕ ਪਲ ਲਈ ਵੀ ਅੱਛਾ ਨਹੀਂ ਲੱਗਦਾ, ਇਹ ਬੜੇ ਦੁੱਖ ਦੀ ਗੱਲ ਹੈ। ਵੱਡੇ ਹੋ ਗਏ ਬੱਚੇ ਨੂੰ ਹੁਣ ਕੀ ਜ਼ਰੂਰਤ ਹੈ ਮਾਂ ਦੀ? ਨਹੀਂ ਸੋਚਦੇ ਇਸ ਪਿਆਰ ਅਤੇ ਮਮਤਾ ਦੀ ਮੂਰਤ ਲਈ ਅਪਮਾਨ ਕਿਵੇਂ ਪੈਦਾ ਹੋ ਗਿਆ? ਰੱਬ ਨੇ ਵੀ ਪੰਜੇ ਉਂਗਲੀਆਂ ਇੱਕ ਵਰਗੀਆਂ ਨਹੀਂ ਬਣਾਈਆਂ। ਮਾਂ ਨੂੰ ਮਾਣ ਸਨਮਾਨ ਅਤੇ ਪਲਕਾਂ 'ਤੇ ਬਿਠਾਉਣ ਵਾਲੇ ਹੀਰਿਆਂ ਦੀ ਵੀ ਕੋਈ ਕਮੀ ਨਹੀਂ। ਮਾਂ ਅਤੇ ਰੱਬ ਵਿੱਚ ਕੋਈ ਫਰਕ ਨਾ ਰੱਖਣ ਵਾਲੇ ਬੱਚਿਆਂ ਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ ਅਤੇ ਉਹਨਾਂ ਦੀ ਖੁਸ਼ਹਾਲੀ ਲਈ ਦਿਲੋਂ ਕਾਮਨਾ ਕਰਦੇ ਹਾਂ। ਪਿਆਰੇ ਦਰਸ਼ਕੋ, ਅੱਖਾਂ ਤੋਂ ਲਾਚਾਰ ਇੱਕ ਬੁੜੀ ਮਾਂ ਜੋ ਆਪਣੇ ਬੱਚੇ ਨੂੰ ਸਿਰਫ ਉਸਦੇ ਕਦਮਾਂ ਦੀ ਆਹਟ ਤੋਂ ਹੀ ਪਹਿਚਾਣ ਸਕਦੀ ਹੈ, ਜੇਕਰ ਉਹ ਘਰ ਦੇ ਕਿਸੇ ਕੋਨੇ ਵੀ ਡਰੀ ਬੈਠੀ ਹੈ, ਇਹ ਸੋਚ ਕੇ ਕਿ ਪਤਾ ਨਹੀਂ ਕਦੋਂ ਉਸਦੀ ਜਨਮੀ ਹੋਈ ਛੋਟੀ ਜਿਹੀ ਜ਼ੁਬਾਨ ਹੁਣ ਕਿੰਨੀ ਲੰਬੀ ਹੋ ਜਾਵੇ। ਦੁਨੀਆਂ ਵਿੱਚ ਮਾਂ ਦੇ ਦੁੱਖ ਦਰਦ ਦੇ ਨਾਲ ਆਂਸੂ ਵਹਾਉਣ ਵਾਲੇ ਬੱਚਿਆਂ ਦੀ ਵੀ ਕਮੀ ਨਹੀਂ ਹੈ। ਮੰਦਿਰ, ਮਸਜਿਦ, ਗੁਰਦੁਆਰੇ ਜਾ ਕੇ ਮੱਥਾ ਟੇਕਣ ਵਾਲੇ ਅਸੀਂ ਘਰ ਦੇ ਵੀ ਤੁਰਦੇ ਫਿਰਦੇ ਰੱਬ ਅੱਗੇ ਮੱਥਾ ਟੇਕਦੇ ਹੋਏ ਕਿਉਂ ਸ਼ਰਮ ਮਹਿਸੂਸ ਕਰਦੇ ਹਾਂ? ਸ਼ਾਇਦ ਹੀ ਕੋਈ ਆਸ਼ੀਰਵਾਦ ਰੱਬ ਦੇ ਹੱਥ ਹੋਵੇ ਜਿਹੜਾ ਮਾਂ ਦੇ ਆਂਚਲ ਵਿੱਚ ਨਾ ਛੁਪਿਆ ਹੋਵੇ। ਸਾਡੀ ਰੱਬ ਅੱਗੇ ਅਰਦਾਸ ਹੈ ਕਿ ਜਿਸ ਤਰ੍ਹਾਂ ਕਦੇ ਮਾਂ ਛੋਟੇ ਜਿਹੇ ਬੱਚੇ ਨੂੰ ਗੋਦ ਵਿੱਚ ਲੈ ਕੇ ਫਖਰ ਮਹਿਸੂਸ ਕਰਦੀ ਸੀ, ਉਸੇ ਤਰ੍ਹਾਂ ਅੱਜ ਵੱਡੇ ਹੋ ਚੁੱਕੇ ਬੱਚੇ ਵੀ ਇਸ ਦੇਵੀ ਨੂੰ ਘਰ ਵਿੱਚ ਰੱਖ ਨਾਜ਼ ਮਹਿਸੂਸ ਕਰਨ। ਸਮਾਂ ਬਦਲਿਆ, ਸ਼ਹਿਰ ਵੱਡੇ ਹੋਏ, ਲੋਕਾਂ ਦੀ ਸੋਚ ਛੋਟੀ ਹੋਣ ਲੱਗੀ, ਪਿਆਰ ਦੇ ਰਸ ਵਿੱਚ ਮਿਠਾਸ ਵੀ ਘਟਣ ਲੱਗੀ। ਇਸ ਬਦਲਾਵ ਦਾ ਅਸਰ ਸਾਰੇ ਪਾਸੇ ਬਿਖਰ ਗਿਆ, ਲੇਕਿਨ ਇਸ ਦਾ ਅਸਰ ਮਾਂ ਦੇ ਦਿਲ ਨੇ ਸਭ ਦਰਸ਼ਕੋ, ਸਫ਼ਰ ਭਾਵੇਂ ਕਿੰਨਾ ਵੀ ਲੰਮਾ ਹੋਵੇ, ਸਫ਼ਰ ਦੇ ਵਿੱਚ ਜੇਕਰ ਸਾਡੀ ਕੋਈ ਚੀਜ਼ ਗੁੰਮ ਹੋ ਜਾਵੇ ਤਾਂ ਅਸੀਂ ਜਾ ਕੇ ਵਾਪਸ ਵੀ ਲਿਆ ਸਕਦੇ ਹਾਂ ਜਾਂ ਨਵੀਂ ਵੀ ਲੈ ਸਕਦੇ ਹਾਂ, ਲੇਕਿਨ ਮਾਂ ਬੜੇ ਸਾਂਭ ਕੇ ਰੱਖਣ ਵਾਲਾ ਸਾਥ ਹੈ। ਜੇਕਰ ਇੱਕ ਵਾਰੀ ਇਹ ਰੁਸ ਕੇ ਅੱਖਾਂ ਤੋਂ ਓਝਲ ਹੋ ਗਿਆ ਤਾਂ ਫਿਰ ਸਾਰੀ ਜ਼ਿੰਦਗੀ ਪਛਤਾਵੇ ਦੇ ਇਲਾਵਾ ਕੁਛ ਵੀ ਹੱਥ ਨਹੀਂ ਰਹਿ ਜਾਂਦਾ। ਜਿਨ੍ਹਾਂ ਕੋਲ ਧਰਤੀ 'ਤੇ ਵਸਦੇ ਇਸ ਰੱਬ ਦਾ ਸਾਥ ਹੈ ਉਹ ਆਪਣੇ ਨੂੰ ਬੜੇ ਖੁਸ਼ ਨਸੀਬ ਸਮਝਣ, ਅਤੇ ਜਿਨ੍ਹਾਂ ਕੋਲ ਇਹ ਸਾਥ ਵਿਛੜ ਚੁੱਕਾ ਹੈ ਉਹ ਰੱਬ ਕੋਲੋਂ ਮਾਫ਼ੀ ਮੰਗਣ ਜੇਕਰ ਉਹਨਾਂ ਨੇ ਕਦੀ ਆਪਣੀ ਮਾਂ ਦਾ ਦਿਲ ਦੁਖਾਇਆ ਹੋਵੇ। ਧਨ, ਸੋਨਾ, ਚਾਂਦੀ ਦੀ ਦੇਖ ਰੇਖ ਤਾਂ ਅਸੀਂ ਕਰਨਾ ਜਾਣਦੇ ਹਾਂ,
ਜੇਕਰ ਅਸੀਂ ਮਾਂ ਵਰਗੀ ਦੌਲਤ ਨੂੰ ਮਾਣ ਸਨਮਾਨ ਨਾਲ ਸਾਂਭ ਕੇ ਰੱਖਣਾ ਸਿੱਖ ਜਾਈਏ ਤਾਂ ਇਸ ਤੋਂ ਵੱਡੀ ਦੌਲਤ ਅਸੀਂ ਪੂਰੀ ਜ਼ਿੰਦਗੀ ਵਿੱਚ ਕਦੇ ਕਮਾ ਸਕਦੇ ਹੀ ਨਹੀਂ। ਪਿਆਰੇ ਦਰਸ਼ਕੋ, ਇੱਕ ਸੂਰਜ ਹੈ, ਚੰਦ ਵੀ ਇੱਕੋ ਹੈ, ਹਿਮਾਲਿਆ ਵਰਗਾ ਵੀ ਦੂਸਰਾ ਕੋਈ ਲੱਭੇ ਵੀ ਨਹੀਂ ਮਿਲ ਸਕਦਾ। ਉਸੇ ਤਰ੍ਹਾਂ ਦੀ ਹੈ ਮਾਂ। ਮਾਂ ਜਿਸ ਕੋਲ ਇੰਨੀ ਸਾਰੀ ਮਮਤਾ ਹੈ, ਇੰਨੀ ਦੁਆਵਾਂ ਦੀ ਰੋਸ਼ਨੀ ਹੈ, ਇੰਨੇ ਆਸ਼ੀਰਵਾਦ ਦੇ ਫੁੱਲ ਹਨ ਜਿਹੜੇ ਜ਼ਿੰਦਗੀ ਦੇ ਆਖਰੀ ਸਾਹ ਤੱਕ ਕਦੇ ਮੁੱਕਦੇ ਹੀ ਨਹੀਂ। ਬੱਚੇ ਆਸ਼ੀਰਵਾਦ ਲੈਣਾ ਭੁੱਲ ਵੀ ਜਾਣ, ਲੇਕਿਨ ਮਾਂ ਮਾਂ ਬੱਚਿਆਂ 'ਤੇ ਦੁਆਵਾਂ ਦੀ ਦੌਲਤ ਦੀ ਬਰਸਾਤ ਕਰਨਾ ਕਦੇ ਨਹੀਂ ਭੁੱਲਦੀ। ਦਰਸ਼ਕੋ, ਦੁਨੀਆ ਦਾ ਇਹ ਦਸਤੂਰ ਹੈ ਕਿ ਕੁਛ ਵੀ ਪ੍ਰਾਪਤ ਕਰਨ ਦੇ ਲਈ ਕੋਈ ਨਾ ਕੋਈ ਕੀਮਤ ਜ਼ਰੂਰ ਚੁਕਾਉਣੀ ਪੈਂਦੀ ਹੈ। ਕੀ ਇਹ ਠੀਕ ਨਹੀਂ? ਬਿਲਕੁਲ ਠੀਕ ਹੈ। ਇਨਸਾਨ ਦਾ ਰੂਪ ਲੈਣ ਲਈ ਵੀ ਕੀਮਤ ਚੁਕਾਉਣੀ ਪੈਂਦੀ ਹੈ, ਜਿਹੜੀ ਦੁਨੀਆ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਹਰ ਇੱਕ ਮਨੁੱਖ ਦਾ ਪਹਿਲਾ ਫਰਜ਼ ਹੈ ਕੀਮਤ ਚੁਕਾਈ ਜਾਵੇ। ਪਿਆਰੇ ਦਰਸ਼ਕੋ, ਅੱਜ ਦਾ ਪ੍ਰੋਗਰਾਮ ਅਸੀਂ ਇਸ ਉਮੀਦ ਦੇ ਨਾਲ ਸਮਾਪਤ ਕਰਨ ਜਾ ਰਹੇ ਹਾਂ ਕਿ ਦੁਨੀਆ ਦੇ ਹਰ ਘਰ ਵਿੱਚ ਮਾਂ ਨੂੰ ਉਸਦੀ ਮਮਤਾ ਦੀ ਕੀਮਤ ਆਦਰ ਅਤੇ ਸਤਿਕਾਰ ਦੇ ਰੂਪ ਵਿੱਚ ਹਮੇਸ਼ਾ ਮਿਲਦੀ ਰਹੇ, ਹਮੇਸ਼ਾ ਮਿਲਦੀ ਰਹੇ।